ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਖਾਨ। ਮੈਂ ਸੇਲਸ ਦੇ ਵਿੱਚ ਜੌਬ ਕਰਦਾ ਹਾਂ, ਜੀਪ ਦੇ ਸ਼ੋਰੂਮ ਦੇ ਵਿੱਚ। ਅਸੀਂ ਲਗਜ਼ਰੀ ਪ੍ਰੀਮੀਅਮ ਕਾਰਜ਼ ਦੇ ਵਿੱਚ ਡੀਲ ਕਰਦੇ ਹਾਂ। ਅਤੇ ਦੋਸਤੋ, ਅੱਜ ਦਾ ਮੇਰਾ ਜਿਹੜਾ ਸਫ਼ਰ ਹੈਗਾ ਜੀ, ਅਸੀਂ ਚੱਲੇ ਹਾਂ ਬਠਿੰਡਾ, ਅਤੇ ਮੈਂ ਹੈਗਾ ਅਤੇ ਮਿਸਟਰ ਰਾਜਵਿੰਦਰ ਜੀ ਨੇ। ਹੈਲੋ ਸਰ। ਅਤੇ ਅਸੀਂ ਚੱਲੇ ਹਾਂ ਜੀ ਬਠਿੰਡੇ ਨੂੰ, ਅਤੇ ਥੋੜ੍ਹਾ ਜਿਹਾ ਜੀ ਕਰਿਆ, ਮੌਸਮ ਬਹੁਤ ਵਧੀਆ ਸੀਗਾ, ਨਾਲੇ ਮੈਂ ਥੋੜ੍ਹਾ ਬਿਮਾਰ ਸੀਗਾ ਤਾਂ ਕਰਕੇ ਕੁੰਟੀ ਪਾਈ ਆ। ਅਤੇ ਅਸੀਂ ਜਾ ਰਹੇ ਹਾਂ ਬਠਿੰਡੇ ਨੂੰ, ਅਤੇ ਲੁਧਿਆਣੇ ਤੋਂ ਸ਼ੁਰੂਆਤ ਕਰ ਰਹੇ ਹਾਂ। ਅਰਾਊਂਡ ਕਿੰਨੇ ਕਿਲੋਮੀਟਰ ਦਾ ਸਫ਼ਰ ਆ ਵੀਰੇ? ਸਰ ਹੋ ਗਿਆ ਜੀ 200 ਕਿਲੋਮੀਟਰ। 200 ਕਿਲੋਮੀਟਰ। ਅਤੇ ਇੱਕ ਮੈਂ ਅੱਜ ਦਿਖਾਉਣਾ ਚਾਹੁੰਦਾ ਵੀ ਇੱਕ ਸੇਲ ਵਾਲੇ ਦੀ ਜਿਹੜੀ ਜ਼ਿੰਦਗੀ ਆ ਨਾ, ਅਸੀਂ ਸੇਲ ਵਾਲੇ ਹੁੰਦੇ ਹਾਂ ਵੀ, ਕਿਹੜੇ ਮੇਰੇ ਛੋਟੇ ਭਰਾ ਹੋਣੇ ਆ ਜਿਨ੍ਹਾਂ ਨੇ ਕਰੀਅਰ ਸ਼ੁਰੂ ਕਰਨਾ ਹੋਵੇ। ਕਈ ਲੋਕ ਕਹਿੰਦੇ ਯਾਰ ਕਾਰਾਂ ਦਾ ਸ਼ੌਂਕ ਹੁੰਦਾ ਵੀ, ਗੱਡੀਆਂ ਦਾ ਵੀ ਕੰਮ ਕਰਨਾ, ਅਸੀਂ ਕਈ ਕਾਰ ਬਾਜ਼ਾਰ ਨੂੰ ਨਿਕਲ ਜਾਂਦੇ ਆ। ਇੱਕ ਨਿਊ ਜਿਹੜਾ ਅਸੀਂ ਨਵੀਆਂ ਕਾਰਾਂ ਦਾ ਜਾਂ ਲਗਜ਼ਰੀ ਕਾਰਾਂ ਦਾ ਨਾ ਕੰਮ ਕਰਦੇ ਹਾਂ, ਉਹਨਾਂ ਵਿੱਚ ਅਸੀਂ ਕੀ ਫੇਸ ਕਰਦੇ ਹਾਂ ਜਾਂ ਐਡਵੈਂਚਰ ਕਰਦੇ ਹਾਂ ਜਾਂ ਕੁਛ ਵੀ, ਕਿਉਂਕਿ ਮੈਂ ਇੱਕ ਐਡਵੈਂਚਰ ਵਾਲੇ ਬ੍ਰਾਂਡ 'ਚ ਹੈਗਾ, ਜਿਸ ਬ੍ਰਾਂਡ ਦਾ ਨਾਮ ਹੈਗਾ ਜੀਪ, ਅਤੇ ਉਹੀ ਮੈਂ ਦਿਖਾਉਣਾ ਚਾਹੁੰਦਾ ਕਿ ਅਸੀਂ ਸਾਡਾ ਡੇਲੀ ਦਾ ਰੂਟੀਨ ਕੀ ਹੁੰਦਾ, ਅਸੀਂ ਕਿੱਦਾਂ ਟਰੈਵਲ ਕਰਦੇ ਹਾਂ। ਕਿਉਂਕਿ ਅੱਜ ਮੈਨੂੰ ਜਿਵੇਂ ਕਾਲ ਆਈ ਹੈਗੀ ਆ, ਅਤੇ ਅੱਜ ਬਠਿੰਡਾ ਦੇ ਕਸਟਮਰ ਨੇ, ਉਹਨਾਂ ਨੇ ਸਾਨੂੰ ਬੁਲਾਇਆ ਵੀ ਜੀਪ ਮੈਰੀਡੀਅਨ ਲੈਣੀ ਆ ਅਸੀਂ ਅਤੇ ਟੈਸਟ ਡਰਾਈਵ ਦੇ ਲਈ। ਇਹ ਡੇਲੀ ਬੇਸਿਸ 'ਤੇ ਹੁੰਦਾ, ਇੱਦਾਂ ਨਹੀਂ ਹੈਗਾ ਇੱਕ ਦਿਨ ਲਈ, ਪਰ ਡੇਲੀ ਬੇਸਿਸ ਅਸੀਂ ਕਿਤੇ ਨਾ ਕਿਤੇ ਜਾਂਦੇ ਹਾਂ, ਚਾਹੇ ਉਹ ਲੋਕਲ ਹੋ ਗਿਆ ਲੁਧਿਆਣਾ ਦੇ ਵਿੱਚ, ਚਾਹੇ ਅਸੀਂ ਬਠਿੰਡੇ, ਫਰੀਦਕੋਟ, ਫਾਜ਼ਿਲਕਾ ਬਹੁਤ ਦੂਰ ਤੱਕ ਜਾਂਦੇ ਹਾਂ ਅਸੀਂ, ਗੰਗਾਨਗਰ ਤੱਕ ਨਿਕਲ ਜਾਂਦੇ ਹਾਂ, ਹਿਮਾਚਲ ਤੱਕ ਜਾਂਦੇ ਹਾਂ। ਅਤੇ ਜਿੱਥੇ ਬੁਲਾਏ ਕਸਟਮਰ ਸਾਨੂੰ ਕਹੇ ਕਿ ਕਸਟਮਰ ਕਿ ਹਾਂ ਵੀ ਤਾਮਿਲਨਾਡੂ ਆ ਜਾ, ਬੁਕਿੰਗ ਦੇ ਕੇ ਤੁਰਾਂਗੇ, ਅਸੀਂ ਤਾਮਿਲਨਾਡੂ ਵੀ ਜਾਵਾਂਗੇ। ਇੱਦਾਂ ਦਾ ਨਹੀਂ ਹੈਗਾ, ਜਸਟ ਫੋਰ ਅ ਫਨ, ਇਫ ਕਸਟਮਰ ਇਜ਼ ਲੁਕਿੰਗ ਫੋਰ ਅ ਜੀਪ ਮੈਰੀਡੀਅਨ, ਆ ਜੀਪ ਪ੍ਰੋਡਕਟ ਫਰੋਮ ਅ ਤਾਮਿਲਨਾਡੂ, ਦੈਨ ਆਈ ਵਿਲ ਡੈਫੀਨੇਟਲੀ ਮੈਂ ਉਹਨੂੰ ਡਿਲੀਵਰ ਕਰ ਸਕਦਾ ਕਾਰ, ਬਟ ਟੈਸਟ ਡਰਾਈਵ ਲਈ ਨਹੀਂ ਜਾ ਸਕਦਾ, ਮੈਂ ਥੋੜ੍ਹੀ ਲਿਮਿਟ ਹੈਗੀਆਂ ਨੇ। ਅਤੇ ਅਸੀਂ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ, ਜਿਲ੍ਹਾ ਮੈਂ ਵਿਊ, ਮੈਂ ਪਿਛਲਾ ਕੈਮਰਾ ਚਲਾ ਰਿਹਾ। ਅਤੇ ਦੋਸਤੋ, ਜੇ ਤੁਸੀਂ ਸੁਣਿਆ ਹੋਣਾ ਸਮਾਰਟ ਸਿਟੀ ਲੁਧਿਆਣਾ, ਅਤੇ ਮੇਰੇ ਭਰਾਵਾਂ ਵੀਰਾਂ ਨੇ ਦੇਖਣਾ ਵੀ ਲੁਧਿਆਣਾ ਸਮਾਰਟ ਸਿਟੀ ਕਹਿੰਦੇ ਆ, ਵੀ ਲੁਧਿਆਣਾ ਦੇਖੋ ਪੁੱਲ ਦੀ ਸ਼ੇਪ ਦੇਖੋ ਕਿੱਦਾਂ ਬਣੀ ਹੋਈ ਹੈ ਨਾ। ਆਹ ਪੁੱਲ 'ਤੇ ਚੜ੍ਹ ਰਹੇ ਹਾਂ, ਇਹ ਫਿਰੋਜ਼ਪੁਰ ਰੋਡ 'ਤੇ ਆਉਂਦਾ ਹੈਗਾ, ਅਤੇ ਸਾਰਾ ਹੁਣੇ ਅੰਡਰ ਕੰਸਟਰਕਸ਼ਨ ਹੈਗਾ ਵਾ, ਅਤੇ ਹੁਣੇ ਇੱਥੇ ਆਹ ਪੁੱਲ ਚੱਲ ਪਿਆ ਵਾ। ਰੋਡ ਬਹੁਤ ਸੋਹਣੀ ਹੈਗੀ ਹੈ, ਅਤੇ ਬਟ ਗੱਲ ਇਹ ਹੈਗੀ ਆ ਕਿ ਇਹਦੇ ਉੱਤੇ ਜਗ੍ਹਾ ਜਗ੍ਹਾ ਪੁਲਿਸ ਵਾਲੇ ਖੜ੍ਹੇ ਆ, ਵੀ ਨਾਕਾ ਲਾਈ ਖੜ੍ਹੇ ਹੁੰਦੇ ਆ। ਨਾਲੇ ਸਪੀਡ ਲਿਮਿਟ ਕਿੰਨੀ ਹੈ ਰਾਜਵਿੰਦਰ? 60 ਦੀ ਜੀ। 60 ਦੀ? ਸਾਲਾ ਇੰਨਾ ਸੋਹਣਾ ਰੋਡ ਹੈਗਾ, ਪਰ ਸਪੀਡ ਲਿਮਿਟ ਜਿਹੜੀ ਹੈਗੀ ਹੈ 60 ਦੀ ਹੈਗੀ ਹੈ, ਇਹ ਬੜਾ ਔਖਾ ਹੁੰਦਾ। ਔਰ ਨਾਲੇ ਮੇਰੇ ਜਿਹੜੇ ਵੀਰ ਹੁੰਦੇ ਆ, ਦਿੱਲੀ ਦੁੱਲੀ ਰਹਿੰਦੇ ਆ ਨਾ, ਇਸ ਰੋਡ 'ਤੇ ਥੋੜ੍ਹਾ ਧਿਆਨ ਨਾਲ ਆਇਓ, ਕਿਉਂਕਿ ਅੱਗੇ ਵੀ ਉਸਤਾਦ ਹੋਣੀ ਕੈਮਰਾ ਲਾਈ ਖੜ੍ਹੇ ਹੁੰਦੇ ਆ, ਅਤੇ ਵੀਰੇ ਜਿੱਥੇ 60 ਦੇ ਤੁਸੀਂ 70 ਲਾਈ ਫਿਰ ਹੱਥ ਆ ਜਾਣਾ, ਅਤੇ ਗੱਡੀ ਸਾਈਡ 'ਤੇ ਲਾ ਕੇ ਇੱਕ ਪਿਆਰਾ ਜਿਹਾ ਚਲਾਨ ਕਟਾਇਓ। ਅਤੇ ਮੇਰੇ ਵੀਰ ਅਸੀਂ ਹੈਗੇ ਲੋਕਲ ਲੁਧਿਆਣੇ ਦੇ, ਅਤੇ ਸਾਨੂੰ ਤਾਂ ਚਲੋ ਪਤਾ ਵਾ, ਬਾਕੀ ਪੂਰਾ ਪੰਜਾਬ ਗਾਨੇ ਰਹਿੰਦੇ ਹਾਂ। ਅਤੇ ਜਿਹੜੀ ਆਹ ਗੱਲ ਸਮਾਰਟ ਸਿਟੀ ਵਾਲੀ ਮੈਂ ਕਰ ਰਿਹਾ, ਦੇਖੋ ਬਾਈ ਆਹ ਹੈਗਾ ਲੁਧਿਆਣਾ, ਵੈਲਕਮ ਟੂ ਲੁਧਿਆਣਾ ਸਮਾਰਟ ਸਿਟੀ। ਆਹ ਗ੍ਰੈਂਡ ਵਾਕ ਦਾ ਸ਼ੋਰੂਮ, ਆਹ ਆਪਣਾ ਵੈਸਟਰਨ ਮਾਲ, ਵੇ ਮਾਲ, ਗੱਲਬਾਤ ਤਾਂ ਹੈਗੀ ਆ ਯਾਰ। ਇੱਥੇ ਆ ਕੇ ਜਿਹੜੇ ਸ਼ਹਿਰ 'ਚ ਅਸੀਂ ਰਹਿੰਦੇ ਹਾਂ, ਜਿੱਥੇ ਅਸੀਂ ਰਹਿੰਦੇ ਹਾਂ, ਚਲੋ ਉਹ ਤਾਂ ਪਿੰਡ ਆ ਯਾਰ, ਅਤੇ ਬਾਕੀ ਜਿਹੜਾ ਇਹ ਵਾਲਾ ਏਰੀਆ ਵਾ, ਇਹ ਪੂਰਾ ਲੱਗਦਾ ਕਿ ਹਾਂ ਵੀ ਇੱਕ ਸਮਾਰਟ ਸਿਟੀ ਹੈਗੀ ਆ ਲੁਧਿਆਣਾ, ਬਹੁਤ ਸਾਫ਼ ਸੁਥਰਾ ਹੈਗਾ, ਸਾਰੇ ਰਈਸ ਜੀ ਰਹਿੰਦੇ ਆ ਇੱਥੇ। ਹਾਂ, ਪੁਲਿਸ ਵਾਲੇ ਉਹਨਾਂ ਨੂੰ ਲਾ ਲਓ, ਦੇਖੋ ਵੀ ਆਹ ਹੈਗੇ ਆ ਜੀ ਪੁਲਿਸ ਵਾਲੇ, ਦੇਖ ਸਕਦੇ ਹੋ ਸਪੀਡ ਲਿਮਿਟ ਲਾ ਕੇ, ਚਲੋ ਜੀ ਫੱਟੇ ਚੱਕੋ, ਆਹ ਦੇਖੋ ਮਿਲ ਜਾਣਗੇ। ਜਦੋਂ ਨਾ ਮੈਂ ਪੁਲਿਸ ਵਾਲਿਆਂ ਸਾਹਮਣੇ ਕੈਮਰਾ ਰੱਖਿਆ ਸੀਗਾ, ਇੱਕ ਪੁਲਿਸ ਵਾਲੇ ਨੇ ਉਹ ਕੀਤਾ ਮੈਨੂੰ, ਤਾਂ ਮੈਂ ਕੈਮਰਾ ਥੱਲੇ ਰੱਖਤਾ, ਕਿਉਂਕਿ ਮਹਾਰਾਜ ਜੀ ਚਲਾਨ ਨਹੀਂ ਕਟਾ ਸਕਦੇ ਅਸੀਂ, ਬਹੁਤ ਮਹਿੰਗੇ ਚਲਾਨ ਹੁੰਦੇ ਆ, ਦਿਹਾੜੀ ਪਈ ਨਾ ਹੋਵੇ ਅਤੇ ਚਲਾਨ ਕੱਟਿਆ ਹੋਵੇ। ਆਹ ਦੇਖੋ ਜੀ T5 ਰੈਡਸਨ ਬਲਿਊ, ਇਹ 5-star ਹੋਟਲ ਹੈਗਾ, ਇਹਦੇ 7ਵੇਂ ਮੰਜ਼ਲੇ 'ਤੇ ਸਵਿਮਿੰਗ ਪੂਲ ਵੀ ਆ,
ਇੱਕ ਵਾਰੀ ਨਿਊ ਇਅਰ ਸੈਲੀਬ੍ਰੇਟ ਕਰਨ ਗਿਆ ਸੀ ਇੱਥੇ ਮੈਂ ਤੇ ਇੱਥੋਂ ਜਿਹੜਾ ਹੈਗਾ ਲੁਧਿਆਣੇ ਦੀ ਹੱਦ ਖਤਮ ਹੋ ਜਾਂਦੀ ਹੈ ਹੁਣ ਅਸੀਂ ਚੱਲੇ ਹਾਂ ਮੁੱਲਾਂਪੁਰ ਜੀ ਹੁਣੇ ਪਹੁੰਚ ਗਏ ਹਾਂ ਜਗਰਾਓਂ ਪਰ ਉਹ ਕਹਿੰਦੇ ਵੀ ਪੰਚਰ ਸਾਡੀ ਗੱਡੀ ਪੰਚਰ ਸੀਗੀ ਅਸੀਂ ਪੰਚਰ ਲਵਾਇਆ ਸੀਗਾ ਬਟ ਉਹ ਪੰਚਰ ਲੱਗਦਾ ਖੁੱਲ੍ਹ ਗਿਆ ਵਾ ਤਾਂ ਹੀ ਉਹ ਕਰਕੇ ਨਾ ਸਾਡੇ ਟੀ ਪੀ ਐੱਮ ਐੱਸ 'ਤੇ ਆ ਲਾਈਟ ਆ ਗਈ ਵੀ ਹਵਾ ਘੱਟ ਗਈ ਆ ਅਤੇ ਵੀਰ ਹੁਣੀ ਹੁਣ ਪੰਚਰ ਲਵਾ ਰਹੇ ਆ ਵੀ ਚੈੱਕ ਕਰਾ ਰਹੇ ਆ ਵੀ ਟਾਇਰ ਦੇ ਵਿੱਚ ਹਵਾ ਨਿਕਲੀ ਤਾਂ ਨਿਕਲੀ ਕਿੱਦਾਂ ਅਤੇ ਵੀਰਾ ਜੀ ਟਾਇਰ ਹੁਣ ਪੈਂਚਰ ਆ ਕੀ ਬਣਿਆ ਟਾਇਰ ਪੈਂਚਰ ਆ ਹਵਾ ਘੱਟ ਰਹੀ ਹੈ ਮਤਲਬ ਪੰਚਰ ਹੀ ਆ ਤੇ ਟਾਇਰ ਤਾਂ ਹੁਣ ਪੰਚਰ ਲੱਗਦਾ ਲਾਇਆ ਨਹੀਂ ਨਾ ਉਹਨੇ ਸਹੀ ਨਹੀਂ ਲੱਗਿਆ ਨਾ ਹਵਾ ਘੱਟ ਰਹੀ ਆ ਤੇ ਵੀਰੇ ਟਾਇਰ ਦੇ ਵਿੱਚ ਚਲੋ ਇੱਕ ਨਾ ਗੱਡੀਆਂ ਵਿੱਚ ਆਹ ਜਿਹੜਾ ਸਰਕਾਰਾਂ ਨੇ ਕੀਤਾ ਵਾ ਕਿ ਟੀ ਪੀ ਐੱਮ ਐੱਸ ਟਾਇਰ ਪ੍ਰੈਸ਼ਰ ਮੋਨੀਟਰਿੰਗ ਸਿਸਟਮ ਜਿਹੜਾ ਦੇਤਾ ਵਾ ਨਾ ਉਹਦੇ ਕਰਕੇ ਇਹ ਵਧੀਆ ਵਾ ਰਸਤੇ ਦੇ ਵਿੱਚ ਪਤਾ ਲੱਗ ਜਾਂਦਾ ਵੀ ਟਾਇਰ ਦੇ ਵਿੱਚ ਕਿਹੜੇ ਵਿੱਚ ਹਵਾ ਹੈ ਕਿ ਘੱਟ ਗਈ ਉਹਦੇ ਕਰਕੇ ਚਲੋ ਥੋੜ੍ਹੀ ਘੱਟੀ ਸੀਗੀ ਹਵਾ ਪਰ ਦੇਖ ਲਓ ਹੁਣੇ ਬਠਿੰਡੇ ਜਾਣਾ ਵੀ ਆ ਅਤੇ ਬਠਿੰਡੇ ਤੋਂ ਆਉਣਾ ਵੀ ਆ ਅਤੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਦਿਖਾਉਂਦੇ ਹਾਂ ਰਸਤਾ ਤੁਹਾਨੂੰ ਟਾਇਰ ਦੇ ਵਿੱਚ ਹੁਣ ਵੀ ਹਵਾ ਘੱਟ ਹੀ ਸ਼ੋਅ ਕਰ ਰਹੀ ਹੈ ਤਾਂ ਹਵਾ ਹੈ ਨਹੀਂ ਇੰਨਾ ਕੋਲ ਹੈ ਹਵਾ ਹੈ ਨਹੀਂ ਪੈਟਰੋਲ ਵਾਲਿਆਂ ਪੰਪ ਵਾਲਿਆਂ ਕੋਲ ਸਹੀ ਨਹੀਂ ਹਵਾ ਸਹੀ ਨਹੀਂ ਹਵਾ ਭਰੀ ਜਾਂਦੀ ਅਗਲੇ ਪੰਪ ਤੋਂ ਪਤਾ ਚਲੋ ਤੇ ਵੀਰ ਜੀ ਹੁਣੇ ਟਾਇਰ ਦੇ ਵਿੱਚ ਹਵਾ ਤਾਂ ਨਹੀਂ ਭਰੀ ਗਈ ਕੱਤੀ ਆ ਨਿਕਲ ਜਾਣਾ ਰਸਤਾ ਤਾਂ ਹਨਾ ਨਿਕਲਦਾ ਜਾਏ ਕਰੀ ਭਰ ਕੇ ਦੇਖੀ ਸੀ ਚਲੋ ਦੇਖ ਲਓ ਆਹ ਦੂਜਾ ਪੈਟਰੋਲ ਪੰਪ ਆਇਆ ਜੀ ਹੁਣ ਇਹ 'ਤੇ ਚੈੱਕ ਕਰਾਂਗੇ ਉਹ ਰਹੀ ਉਹ ਸਾਹਮਣੇ ਆ ਸਾਹਮਣੇ ਉਹ ਦੇਖੋ ਨਾਈਟ੍ਰੋਜਨ ਇੱਧਰ ਭਰੀ ਜਾਂਦੀ ਨਾਈਟ੍ਰੋਜਨ ਭਰਾ ਲਈ ਉਹ ਤਾਂ ਬੰਦ ਆ ਹੁਣ ਹਵਾ ਨਾਲ ਕੰਮ ਨਹੀਂ ਹੋ ਰਿਹਾ ਸੀਗਾ ਹੁਣ ਨਾਈਟ੍ਰੋਜਨ ਭਰਾਵਾਂਗੇ ਹੈਂ ਨਹੀਂ ਭਰੀ ਗਈ ਹਵਾ ਕੱਤੀ ਆ ਚਲੋ ਕਰੋ ਨਾਈਟ੍ਰੋਜਨ ਏਅਰ ਪਵਾਵਾਂਗੇ ਹੁਣ ਪਵਾਵਾਂ ਨਾਲ ਗੱਲ ਤਾਂ ਬਣੀ ਨਹੀਂ ਹੁਣ ਨਾਈਟ੍ਰੋਜਨ ਭਰਾਉਣੀ ਅਸੀਂ ਭਰ ਗਈ ਵੀਰੇ ਹਵਾ ਤਾਂ ਆ ਗਿਆ ਅਤੇ ਭਰ ਗਈ ਹਵਾ ਕੋਈ ਗੱਲ ਨਹੀਂ ਚਲੋ ਵੀ ਸਫ਼ਰ ਨੂੰ ਚੱਲੀਏ ਫਿਰ ਭਰੀ ਗਈ ਹਵਾ ਮਹਾਰਾਜ ਜੀ ਤੁਹਾਨੂੰ ਚੈਲੰਜਸ ਦੀ ਗੱਲ ਕਰ ਰਿਹਾ ਸੀਗਾ ਮੈਂ ਅਸੀਂ ਹੁਣ ਇੱਧਰ ਕਿਹੜਾ ਏਰੀਆ ਸੀਗਾ ਸੁਧਾਰ ਪਹੁੰਚ ਗਏ ਸੀਗੇ ਅਤੇ ਵੀਰਾ ਜੀ ਕਸਟਮਰ ਦਾ ਫੋਨ ਆਇਆ ਕਹਿੰਦਾ ਵੀ ਬਰਨਾਲੇ ਦੇ ਸੀਗੇ ਅਤੇ ਬੁਲਾਇਆ ਸਵੇਰੇ ਸਾਜਰੇ ਕਹਿੰਦਾ ਵੀ ਹਾਂ ਵੀ ਖਾਨ ਸਾਹਿਬ ਆ ਜਾਓ ਵੀ ਕਰੀਏ ਗੱਡੀ ਫਾਈਨਲ ਨਾ ਹੁਣੇ ਫੋਨ ਆਇਆ ਵੀਰੇ ਮੈਨੂੰ ਅਬੋਹਰ ਜਾਣਾ ਵਾ ਐਮਰਜੈਂਸੀ ਪੈ ਗਈ ਕੋਈ ਹੁਣ ਇਹ ਦੇਖ ਲਓ ਘੁੱਸੇ ਕੱਟੇ ਹੁਣ ਯਾਰ ਹੁਣੀ ਫੇਰ ਵਾਪਸ ਲੁਧਿਆਣੇ ਚੱਲੇ ਹਾਂ ਆ ਵੀਰੇ ਆਹ ਨਾ ਇਹੀ ਗੱਲ ਜੇ ਤੁਸੀਂ ਸੋਚ ਰਹੇ ਹੋ ਵੀ ਮੇਰੇ ਛੋਟੇ ਵੀਰ ਵੀ ਹੋਣਗੇ ਵੀ ਸੇਲ ਵਾਲੇ ਕੰਮ 'ਚ ਆਉਣਾ ਵਾ ਨਿਊ ਗੱਡੀਆਂ ਦੀ ਜਾਂ ਪੁਰਾਣੀ ਗੱਡੀਆਂ ਦੀ ਪਰ ਜਿਹੜਾ ਸੇਲ ਦਾ ਕੰਮ ਆ ਨਾ ਉਹ ਹੈਗਾ ਵਾ ਬਹੁਤ ਪੇਸ਼ੈਂਸ ਵਾਲਾ ਕੰਮ ਆ ਔਰ ਉਹੀ ਗੱਲ ਆ ਇਹਦੇ ਨਾਲ ਤੁਸੀਂ ਨਾ ਆਪਣੀ ਜਿਹੜੀ ਐਕਸਪੈਕਟੇਸ਼ਨਸ ਹੈਗੀਆਂ ਨੇ ਤੁਸੀਂ ਕੱਲ੍ਹ ਦਾ ਡਿਸਾਈਡ ਨਹੀਂ ਕਰ ਸਕਦੇ ਵੀ ਜਿਵੇਂ ਨਾ ਵੀ ਕੱਲ੍ਹ ਤੁਸੀਂ ਸੋਚੋ ਕਿ ਹਾਂ ਵੀ ਮੇਰੇ ਕੋਲ ਪਾਈਪਲਾਈਨ ਹੋਊਗੀ ਪਾਈਪਲਾਈਨ ਮਤਲਬ ਕਸਟਮਰਸ ਆ ਗਏ ਨੇ ਵੀ ਕੱਲ੍ਹ ਨੂੰ ਮੈਂ ਇੱਕ ਕਰ ਲੂੰਗਾ ਇੱਕ ਹਫ਼ਤੇ ਬਾਅਦ ਇੱਕ ਕਰ ਲੂੰਗਾ ਇੱਦਾਂ ਸਾਰੀ ਪਲੈਨਿੰਗ ਖਰਾਬ ਹੋ ਜਾਂਦੀ ਆ ਸਾਰੀ ਜੇ ਕਿਸਮਤ ਸਾਥ ਨਾ ਹੋਵੇ ਹੁਣ ਮੈਂ ਸਵੇਰੇ ਸਵੇਰੇ ਹੁਣੇ ਤੁਹਾਨੂੰ ਕਿਹਾ ਵਾ ਕਿ ਸਵੇਰੇ ਨਾ ਕਿ ਮੈਂ ਚੱਲਿਆ ਵਾਂ ਬਰਨਾਲੇ ਅੱਜ ਮੇਰੀ ਬੁਕਿੰਗ ਕਨਫਰਮ ਸੀਗੀ ਵੀ ਕਾਰ ਓਕੇ ਹੋ ਜਾਣੀ ਚਲੋ ਉਹ
ਕੱਲ ਤੇ ਚਲੀ ਗਈ ਆ ਉਹ ਕੱਲ ਨੂੰ ਹੋ ਜਾਊਗੀ ਗੱਡੀ ਡਨ ਮੇਰੀ ਬਟ ਦੇਖੋ ਕਿ ਸਿਚੁਏਸ਼ਨ ਦੀ ਗੱਲ ਆ ਜਿਹੜੇ ਕਸਟਮਰ ਨੇ ਉਹਨਾਂ ਦੇ ਵੀ ਕੋਈ ਐਮਰਜੈਂਸੀ ਆਈ ਆ ਕੋਈ ਗੱਲ ਹੋਈ ਹੋਊਗੀ ਇਹ ਤਾਂ ਹੈ ਨਹੀਂ ਕਿ ਪਿਓਰਟੀ ਸਿਰਫ ਕਾਰ ਹੀ ਆ ਕਾਰ ਤੋਂ ਇਲਾਵਾ ਵੀ ਜੀਵਨ ਹੈਗਾ ਵਾ ਜ਼ਿੰਦਗੀ ਹੈਗੀ ਆ ਲੋਕਾਂ ਦੀ ਸ਼ਾਇਦ ਮੇਰੀ ਕਈਆਂ ਨੂੰ ਲੱਗਦਾ ਜੇ ਕਸਟਮਰਸ ਹੈਗੇ ਆ ਮੈਨੂੰ ਜੀਪ ਨਾਲੋਂ ਜਾਣਦੇ ਆ ਵੀ ਹਾਂ ਵੀ ਇਹ ਮੁੰਡਾ ਸੇਲਸ ਵਾਲਾ ਹੈਗਾ ਅਤੇ ਪਰ ਮੈਂ ਸੇਲਸ ਤੋਂ ਇਲਾਵਾ ਵੀ ਮੇਰੀ ਇੱਕ ਲਾਈਫ ਆ ਯਾਰ ਮੇਰੇ ਵੀ ਘਰਦੇ ਨੇ ਮੇਰੇ ਵੀ ਆਪਦੀ ਲਾਈਫ ਆ ਮੇਰੀ ਫੈਮਿਲੀ ਆ ਮੇਰੇ ਦੋਸਤ ਨੇ ਇਹ ਸਾਰਾ ਕੁਛ ਹੁੰਦਾ ਵਾ ਅਤੇ ਮੌਕੇ ਦੀ ਗੱਲ ਇਹੀ ਖਤਮ ਹੁੰਦੀ ਆ ਜੀ ਸਾਡੀ ਜਿਹੜੀ ਅੱਜ ਦੀ ਪਲੈਨਿੰਗ ਸੀ ਉਹ ਫਲੋਪ ਹੋ ਚੁੱਕੀ ਆ ਅਤੇ ਅਸੀਂ ਜਾ ਕੇ ਹੁਣ ਦੂਜਾ ਨਵਾਂ ਕੰਮ ਲੱਭਾਂਗੇ ਮਤਲਬ ਕਿਤੇ ਹੋਰ ਨਹੀਂ ਮਤਲਬ ਇੱਥੇ ਜਿਹੜਾ ਅੱਜ ਦਾ ਕਰਨਾ ਵਾ ਸੀ ਵੀ ਕੋਈ ਅਲੱਗ ਕੰਮ ਦੇਖਾਂਗੇ ਵੀ ਹੁਣ ਹੋਰ ਜਿਹੜੇ ਪੈਂਡਿੰਗ ਕੰਮ ਨੇ ਕੱਲ੍ਹ ਨੂੰ 9 ਵਜੇ ਤੁਹਾਡੇ ਨਾਲ ਫਿਰ ਜੁੜਾਂਗੇ ਹਾਂ ਤੁਹਾਨੂੰ 9:30 ਵਜੇ ਆਹੋ ਨਹੀਂ ਕਸਟਮਰ ਨੇ ਕਿਹਾ ਕਿ ਫੋਨ ਕਰਕੇ ਆਇਓ ਵੀ ਥੋੜ੍ਹਾ ਜਿਹਾ ਐਮਰਜੈਂਸੀ ਪੈ ਗਈ ਆ ਅਤੇ ਮਹਾਰਾਜ ਇਹੀ ਗੱਲ ਆ ਵੀ ਦੁਨੀਆ ਦੀ ਸਭ ਤੋਂ ਸਿੰਪਲ ਜਿਹੜੀ ਜੋਬ ਆ ਨਾ ਜੇ ਕਹਿ ਦਈਏ ਉਹ ਸੇਲ ਆ ਔਰ ਦੁਨੀਆ ਦੀ ਸਭ ਤੋਂ ਔਖੀ ਜੋਬ ਜਿਹੜੀ ਹੈਗੀ ਆ ਉਹ ਵੀ ਸੇਲ ਆ ਵੀ ਸੇਲਸ ਲਾਈਨ ਇੱਦਾਂ ਦੀ ਆ ਨਾਲ ਤੁਹਾਡੀ ਹਾਰਡ ਵਰਕ ਵੀ ਜਾ ਇਹੀ ਇੱਕ ਜੇ ਤੁਸੀਂ ਇੱਕ ਪ੍ਰੋਟੈਕਸ਼ਨ ਵਾਲਾ ਕੰਮ ਕਰ ਰਹੇ ਹੋ ਕਿਸੇ ਲੋਹਾ ਫੈਕਟਰੀ 'ਚ ਕੰਮ ਕਰ ਰਹੇ ਹੋ ਕੋਈ ਦਿਮਾਗ ਵਾਲਾ ਕੰਮ ਕਰ ਰਹੇ ਹੋ ਕੋਈ ਐਪਲੀਕੇਸ਼ਨ ਡਿਜ਼ਾਈਨ ਕਰ ਰਹੇ ਹੋ ਉਹ ਤੁਹਾਡੀ ਕੈਪੇਬਿਲਟੀ ਆ ਵੀ ਤੁਸੀਂ ਕਿਵੇਂ ਜਿੰਨੇ ਕੁ ਕੈਪੇਬਲ ਹੈਗੇ ਹੋ ਵਧੀਆ ਕੰਮ ਕਰ ਸਕਦੇ ਹੋ ਨਾ ਅਤੇ ਹੋਰ ਕੋਈ ਕੰਮ ਹੈਗਾ ਜਿਸ 'ਤੇ ਦਿਮਾਗ ਲੱਗਦਾ ਕੋਈ ਮਿਸਤਰੀ ਹੈਗਾ ਵਾ ਜਿਹੜਾ ਇੱਟਾਂ ਰੂੜੀ ਕਰਦਾ ਵਾ ਉਹਦਾ ਉਹਦੀ ਮਿਹਨਤ ਆ ਵੀ ਹੱਥ ਨਾਲ ਜਿੰਨਾ ਕਰੂਗਾ ਉਨਾ ਪੈਸਾ ਕਮਾ ਲੂਗਾ ਦਿਹਾੜੀ ਲਾਉਣੀ ਹੁੰਦੀ ਆ ਬਟ ਜਿਹੜਾ ਸੇਲ ਵਾਲਾ ਕੰਮ ਆ ਨਾ ਉਹਦੇ ਵਿੱਚ ਮਿਹਨਤ ਤਾਂ ਚਲੋ ਚਾਹੀਦੀ ਆ ਮਿਹਨਤ ਤਾਂ ਲੱਗਦੀ ਆ ਹੁਣ ਕਈ ਮੇਰੇ ਵੀਰ ਕਹਿਣਗੇ ਯਾਰ ਕਾਹਦਾ ਗੱਡੀ 'ਚ ਬੈਠਾ ਵਾ ਏਸੀ ਚੱਲਦਾ ਵਾ ਨਾਲੇ ਮੈਂ 5-star ਵਧੀਆ ਲਗਜ਼ਰੀ ਕਾਰ 'ਚ ਬੈਠਾ ਵਾਂ ਮਿਹਨਤ ਹੈਗੀ ਆ ਵੀਰੇ ਮਿਹਨਤ ਜਦ ਗਾਲਾਂ ਪੈਂਦੀਆਂ ਨੇ ਨਾ ਵੀ ਕੋਈ ਗੱਲ ਨੂੰ ਹੋ ਕੇ ਪੈਨੀਟ੍ਰੇਸ਼ਨਸ ਹੁੰਦੀਆਂ ਨੇ ਟੈਸਟ ਡਰਾਈਵ ਵੀ ਕਰਾਉਣੀ ਜ਼ਰੂਰੀ ਆ ਯਾਰ ਗੱਡੀਆਂ ਵੇਚਣੀਆਂ ਵੀ ਜ਼ਰੂਰੀ ਨੇ ਕਸਟਮਰ ਦੀ ਸੈਟੀਸਫੈਕਸ਼ਨ ਵੀ ਜ਼ਰੂਰੀ ਆ ਹਰ ਪੈਰਾਮੀਟਰ ਨੇ ਸਾਡੇ ਅਤੇ ਉਹ ਚੀਜ਼ਾਂ ਨੂੰ ਜਿੱਥੇ ਸੋਚ ਸਮਝ ਮਿਹਨਤ ਕਿਸਮਤ ਇਹ ਸਾਰਿਆਂ ਦਾ ਕੰਬੀਨੇਸ਼ਨ ਜਿਹੜਾ ਹੁੰਦਾ ਨਾ ਨਾਲੇ ਕੈਪੇਬਿਲਟੀ ਨਾਲੇ ਤੁਹਾਡੀ ਸਰਵਿਸ ਐਕਸਪੀਰੀਅੰਸ ਇਹ ਸਾਰਾ ਕੁਛ ਮਿਲਾ ਕੇ ਇੱਕ ਸੇਲ ਬਣਦੀ ਆ ਹੁਣ ਕਿਤਾਬਾਂ 'ਚ ਤਾਂ ਬਹੁਤ ਡੈਫੀਨੇਸ਼ਨਸ ਹੋਣਗੀਆਂ ਸੇਲ ਦੀਆਂ ਇੱਦਾਂ ਨਹੀਂ ਉੱਦਾਂ ਨਹੀਂ ਇੱਦਾਂ ਨਹੀਂ ਸੇਲਸ ਕਈ ਜਿਹੜੇ ਹੋਣਗੇ ਮੈਂ ਕਾਫੀ ਯੂਟਿਊਬ 'ਤੇ ਵੀਡੀਓ ਦੇਖੀਆਂ ਨੇ ਵੀ ਸੈਲ ਮੀ ਦਿਸ ਪੈੱਨ ਮੈਨੂੰ ਪੈੱਨ ਵੇਚ ਕੇ ਦਿਖਾਓ ਉਹ ਬਾਈ ਪੈੱਨ ਪੁੰਨ ਵੇਚਣ ਵਾਲਾ ਨਹੀਂ ਹੁੰਦਾ ਜਿਹੜਾ ਜਿਹਨੇ ਵੇਚਣੀ ਆ ਨਾ ਗੱਡੀ ਵੇਚਣੀ ਆ ਕੋਈ ਸਰਵਿਸ ਵੇਚਣੀ ਆ ਉਹ ਡਿਫਰੈਂਟ ਆ ਉਹ ਕਸਟਮਰ ਦੇ ਮੂਡ 'ਤੇ ਵੀ ਹੁੰਦਾ ਅਸੀਂ ਜਿਹੜਾ ਹੈਗਾ ਨਾ ਇੱਕ ਸੇਲ ਵਾਲਾ ਵਾ ਨਾ ਉਹ ਅਡੈਪਟ ਕਰਦਾ ਚੀਜ਼ਾਂ ਨੂੰ ਵੀ ਜਿਹੜੇ ਮਾਹੌਲ 'ਚ ਜਾਂਦਾ ਉਸ ਮਾਹੌਲ ਦਾ ਹੋਣਾ ਪੈਂਦਾ ਵਾ ਸਾਨੂੰ ਕਿਉਂ ਵੀ ਰਾਜਵਿੰਦਰ ਬਿਲਕੁਲ ਸਰ ਬਿਲਕੁਲ ਗੱਡੀਆਂ ਵੇਚਣੀਆਂ ਸੌਖੀਆਂ ਥੋੜ੍ਹਾ ਨਹੀਂ ਜੀ ਕੁਛ ਵੀ ਵੇਚਣਾ ਸੌਖਾ ਨਹੀਂ ਅੱਜ ਦੀ ਡੇਟ ਦੇ ਵਿੱਚ ਕੰਪੀਟੀਸ਼ਨ ਇੰਨਾ ਵਾ ਵੀ ਹੁਣ ਦੇਖੋ ਮੈਂ ਜੀਪ ਵੇਚਦਾ ਵਾ ਨਾ ਇੱਕ ਆਫ ਰੋਡਿੰਗ ਪ੍ਰੋਡਕਟ ਆ ਵੀ ਰਫ ਐਂਡ ਟਫ ਆ ਵੀ ਖੇਤਾਂ 'ਚ ਲੈ ਜਾਓ ਕਸਟਮਰ ਆ ਕੇ ਕਹਿ ਦਿੰਦੇ ਆ ਵੀ ਨਹੀਂ ਅਸੀਂ ਕਿੰਨੇ ਕੀ ਆਫ ਰੋਡਿੰਗ ਕਰਨੀ ਆ ਆਫ ਰੋਡਿੰਗ ਕਰਨੀ ਨਹੀਂ ਹੈਗੀ ਵੀ ਔਰ ਕਸਟਮਰ ਕੀ ਕਹਿੰਦੇ ਆ ਕਸਟਮਰ ਕਹਿੰਦੇ ਨੇ ਜੀ ਆਫ ਰੋਡਿੰਗ ਕਰਕੇ ਅਸੀਂ ਕਿੱਥੇ ਜਾਣਾ ਆਫ ਰੋਡਿੰਗ ਕਰਕੇ ਕਿਤੇ ਜਾਣਾ ਨਾ ਵੀ 30-40 ਲੱਖ ਰੁਪਇਆ ਗੁੰਮ ਫੁੱਕਣਾ ਅਸੀਂ ਸਾਡੀ ਗੱਡੀ ਦੇ ਤੇ ਮਹਾਰਾਜ ਮੈਂ ਗੱਲ ਤੁਹਾਡੀ ਬਿਲਕੁਲ ਮੰਨਦਾ ਵਾਂ ਵੀ 30-40 ਲੱਖ ਰੁਪਏ ਲਾ ਕੇ ਤੁਸੀਂ ਕਿੱਥੇ ਜਾਣਾ ਦੇਖੋ ਜੀ ਜਾਣ ਨੂੰ ਜਿਹੜਾ ਆਫ ਰੋਡਿੰਗ ਵਾਲੀ ਲੋਕਾਂ ਦੀ ਸੋਸ਼ਲ ਮੀਡੀਆ 'ਚ ਲੇਹ ਲੱਦਾਖ ਬਹੁਤ ਸੁਣਿਆ ਮੈਂ ਲੇਹ ਲੱਦਾਖ ਕੁਛ ਨਹੀਂ ਹੈਗਾ ਜੀ ਮਰੂਤੀ ਜਿੰਨ ਵੀ ਜਾਂਦੀ ਆ ਆ ਜੀਪ ਵੀ ਜਾਂਦੀ ਆ ਗੱਲ ਹੁੰਦਾ ਇੱਕ ਆਪਣੀ ਸੈਲਫ ਸੈਟੀਸਫੈਕਸ਼ਨ ਦੀ ਪ੍ਰੀਮੀਅਮ ਕਲਾਸ ਦੀ ਇੱਕ ਰਸਤੇ ਜਾਣਾ ਤੁਸੀਂ ਇੱਧਰੋਂ ਜਾਣਾ ਯੂਪੀ ਜਾਣਾ ਨਾ ਤੁਸੀਂ ਟ੍ਰੇਨ 'ਤੇ ਵੀ ਜਾ ਸਕਦੇ ਹੋ ਗੱਡੀ 'ਤੇ ਵੀ ਜਾ ਸਕਦੇ ਹੋ ਇੱਕ ਬੱਸ 'ਤੇ ਵੀ ਜਾ ਸਕਦੇ ਹੋ ਨੋਰਮਲ ਇੱਕ ਵੋਲਵੋ 'ਚ ਵੀ ਜਾ ਸਕਦੇ ਹੋ ਉਹ ਤੁਹਾਡੀ ਜੇ ਬਲੋਗ ਕਰਦੀ ਆ ਵੀ ਤੁਸੀਂ ਕਿਸ ਹਿਸਾਬ ਦਾ ਐਕਸਪੀਰੀਅੰਸ ਲੈ ਕੇ ਜਾਣਾ ਹੈ ਉਹੀ ਚੀਜ਼ਾਂ ਨੇ ਉਹੀ ਚੀਜ਼ ਦੇ ਪੈਸੇ ਆ ਵੀਰੇ ਉਹੀ ਚੀਜ਼ ਦੀ ਸਰਵਿਸ ਆ ਉਹੀ ਚੀਜ਼ ਦੇ ਪ੍ਰੋਡਕਟ ਨੇ ਬਿਲਕੁਲ ਸਹੀ ਗੱਲ ਬਿਲਕੁਲ ਸਰ ਬਿਲਕੁਲ ਉਹੀ ਗੱਲ ਆ ਵੀਰੇ ਜਿੰਨ 'ਚ ਜਾਓਗੇ ਤਾਂ ਥਕਾਵਟ ਬਹੁਤ ਹੋ ਜੂਗੀ ਹਾਂਜੀ ਠੀਕ ਹੈ ਨੇ ਜੇ ਤੁਸੀਂ ਬਾਏ ਪਲੇਨ ਜਾਓਗੇ ਤਾਂ ਤੁਹਾਨੂੰ ਮਜ਼ਾ ਬਹੁਤ ਆਊਗਾ ਹਾਂਜੀ ਉਦਾਂ ਹੀ ਹਿਸਾਬ ਜੀਪ ਦਾ ਪ੍ਰੋਡਕਟ ਆ ਜੀ ਇਹ ਲਹਿਦਾ ਇੱਕ ਪ੍ਰੋਡਕਟ ਆ ਇੱਕ ਵਾਰੀ ਤੁਸੀਂ ਇਹਨੂੰ ਚਲਾਓਗੇ ਤੇ ਫੀਲ ਹੋਊਗਾ ਕਿ ਹਾਂ ਵੀ ਚੀਜ਼ ਤੇ ਬੈਠੇ ਆ ਉਹੀ ਆ ਵੀਰੇ ਪੈਸੇ ਨਾਲ ਹੀ ਆ ਇਹ ਨਹੀਂ ਗੱਲ ਕਹਿੰਦਾ ਵੀ ਜਿਹੜੀ ਹੈਗੀਆਂ ਨੇ ਚਲੋ ਪ੍ਰੋਡਕਟ ਤਾਂ ਸਾਡਾ ਵਧੀਆ ਵਾ
ਕੰਪੀਟੀਸ਼ਨ ਵਿੱਚ ਬਹੁਤ ਕੁਝ ਕਹਿ ਦਿੰਦੇ ਆ ਕਸਟਮਰ ਕਿ ਇਹਨੂੰ ਪੈਸੇ ਲਾਣੇ ਆ ਤਾਂ ਇੰਨੇ ਦੀ ਆਹ ਲੈ ਲਾਂਗੇ ਉਹ ਲੈ ਲਾਂਗੇ। ਦੇਖੋ ਜੀ ਮੈਂ ਜੀਪ ਦਾ ਹੁਣੇ ਰਿਪ੍ਰੈਜ਼ੈਂਟੇਟਿਵ ਆ ਨਾ, ਤੇ ਜਿਹੜਾ ਪ੍ਰੋਡਕਟ ਹੈਗਾ ਵਾ ਤਾਰੀਫਾਂ ਵੀ ਕਰਾਂਗਾ, ਜਿਹੜੀ ਚੀਜ਼ ਮੈਂ ਅਜਮਾਈ ਆ, ਜਿਹੜੀ ਚੀਜ਼ ਦੇਖੀ ਆ, ਚਾਹੇ ਸੇਫਟੀ ਦੇਖੀ ਆ ਚਾਹੇ ਕੈਪੇਬਿਲਿਟੀ ਦੇਖੀ ਆ। ਹੁਣ ਅਸੀਂ ਸਭ ਤੋਂ ਦੂਰ ਦਾ ਸਫ਼ਰ ਰਾਜਵਿੰਦਰ ਕਿੱਥੇ ਦਾ ਕੀਤਾ ਵਾ ਆਹ ਗੱਡੀ 'ਤੇ? ਬਹੁਤ ਦੂਰ ਤੱਕ ਗਏ ਹਾਂ ਸਰ ਅਸੀਂ ਵੀਰੇ, ਬਠਿੰਡਾ ਨਾ ਸਾਨੂੰ ਐਂ ਲੱਗਦਾ ਵੀ ਜਿਵੇਂ ਆਹ ਵੀ ਜਾ ਕੇ ਕਰਿਆਨੇ ਦੁਕਾਨ ਤੋਂ ਸਮਾਨ ਫੜ ਲਿਆਈਏ ਨਾ, ਉਹ ਲੱਗਦਾ ਵੀ ਸਾਡੀ ਲਾਈਫ ਇੱਦਾਂ ਦੀ ਹੈਗੀ ਆ। ਪੰਜਾਬ ਦੇ ਚੱਪੇ ਚੱਪੇ 'ਚ ਘੁੰਮਦੇ ਰਹਿੰਦੇ ਹਾਂ ਅਸੀਂ, ਪੰਜਾਬ 'ਚ ਜਾਣਾ ਹੁੰਦਾ, ਹਿਮਾਚਲ ਜਾਣਾ ਹੁੰਦਾ, ਬਠਿੰਡੇ ਵਾਲੇ ਲੋਕ ਤਾਂ ਗੱਡੀ ਰੋਹ ਦੇ ਦੇਣਗੇ, ਗੱਡੀ ਤੁਹਾਡੀ ਡੇਲੀ ਆਉਂਦੀ ਹੈ। ਹਾਂ ਬਠਿੰਡੇ ਅਸੀਂ ਨੋਰਮਲੀ ਜਾਈਦਾ ਹੁੰਦਾ ਅਤੇ ਸਾਨੂੰ ਐਂ ਨਹੀਂ ਲੱਗਦਾ ਵੀ ਬਠਿੰਡਾ ਵੀ ਬਹੁਤ ਦੂਰ ਆ ਸਾਡੇ ਸ਼ਹਿਰ ਤੋਂ ਨਾ, ਵੀ 100-150 ਕਿਲੋਮੀਟਰ ਅਸੀਂ ਤਾਂ ਮੈਂ ਕਹਿੰਦਾ 150 ਕਿਲੋਮੀਟਰ ਜਾ ਕੇ ਆਉਣਾ ਸਾਡੇ ਲਈ ਡੇਲੀ ਦਾ ਕੰਮ ਆ। ਵੀ 300 ਕਿਲੋਮੀਟਰ ਜਿੱਥਾਂ ਇੰਨਾ ਲੁਧਿਆਣੇ ਤੋਂ ਪੈਂਦੀ ਆਪਣੀ ਦਿੱਲੀ ਪੈਂਦਾ, ਦਿੱਲੀ ਦਿੱਲੀ 300 ਕਿਲੋਮੀਟਰ ਹੈਗਾ ਵਾ। ਹਾਂ ਚੁੱਕੇ ਆ ਯਾਰ, ਡੇਲੀ ਦਾ ਕੰਮ ਆ ਸਾਡਾ ਇਹ। ਉਹੀ ਆ ਇੱਕ ਜਿਹੜਾ PRTC ਦਾ ਬੱਸ ਚਲਾਉਂਦਾ ਇੱਥੋਂ ਲੁਧਿਆਣੇ ਤੋਂ ਚਾਹੇ ਰਾਜਸਥਾਨ ਜਾਂਦਾ ਵਾ, ਉਹਦੇ ਲਈ ਕੁਛ ਨੀ ਹੈਗਾ, ਉਹਦੀ ਦਿਹਾੜੀ ਆ ਯਾਰ। ਮੈਂ 8 ਘੰਟੇ ਨੂੰ ਉੱਥੇ ਪਹੁੰਚ ਜਾਣਾ, ਮੈਂ 7 ਘੰਟੇ ਨੂੰ ਪਹੁੰਚ ਜਾਣਾ, ਮੈਂ 10 ਘੰਟੇ ਨੂੰ ਪਹੁੰਚ ਜਾਣਾ, ਡੇਲੀ ਦਾ ਕੰਮ ਆ। ਤਾਂ ਉਹੀ ਸਾਡਾ ਵੀ ਕੰਮ ਹੈਗਾ। ਬਾਕੀ ਇੱਕ ਪ੍ਰੋਡਕਟ ਵਧੀਆ ਵਾ, ਸਾਨੂੰ ਭਰੋਸਾ ਬਹੁਤ ਆ। ਬਾਕੀ ਸਾਰੀ ਗੱਲ ਇਹੀ ਮੁੱਕਦੀ ਆ, ਸਾਡਾ ਕੰਮ ਕੈਂਸਲ ਹੋ ਗਿਆ ਵਾ। ਅਸੀਂ ਮੇਨ ਪੁਆਇੰਟ ਹੈ ਸੇਫਟੀ, ਇਹ ਗੱਡੇ ਸੇਫਟੀ ਬਹੁਤ ਜ਼ਿਆਦਾ ਆ। ਹਾਂ ਇਹੀ ਆ ਨਾ, ਕੰਫਰਟ ਥੋੜ੍ਹਾ ਜਿਹਾ ਆਉਂਦਾ ਵਾ ਕਿ ਰਾਸਤੇ ਦੇ ਵਿੱਚ ਜਾ ਰਹੇ ਹਾਂ। ਅਤੇ ਸਾਡੀ ਫੈਮਿਲੀ ਆ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਪਰਸਨਲ ਲਾਈਫ ਵੀ ਹੈ ਸਾਡੀ ਨਾ। ਕਹਿੰਦੇ ਨੇ ਜਾਨ ਹੈ ਤਾਂ ਜਹਾਨ ਹੈ, ਜੇ ਜਾਨ ਹੈ ਤਾਂ ਸਾਰਾ ਕੁਛ ਹੀ ਹੈ ਜੀ। ਹਾਂ ਇਹ ਤਾਂ ਹੈ, ਤੇ ਮੇਨ ਸੇਫਟੀ ਹੈ ਜੀ। ਬਿਲਕੁਲ, ਤੇ ਸਾਨੂੰ ਵੀ ਲੱਗਦਾ ਇੱਕ ਫੀਲ ਜਿਵੇਂ ਬਠਿੰਡੇ ਜਾ ਰਹੇ, ਕਿਤੇ ਵੀ ਜਾ ਰਹੇ ਹਾਂ, ਦੂਰ ਜਾ ਰਹੇ ਹਾਂ, ਸਭ ਤੋਂ ਪਹਿਲਾਂ ਇੱਕ ਨਾ ਥੋੜ੍ਹੀ ਜਿਹੀ ਆਪ ਨੂੰ ਵੀ ਫੀਲਿੰਗ ਹੁੰਦੀ ਹੈ ਕਿ ਵਧੀਆ ਪ੍ਰੋਡਕਟ 'ਚ ਬੈਠੇ ਹਾਂ, ਜਿਹਨਾਂ ਵਿੱਚ ਸੇਫਟੀ ਹੈਗੀ ਆ। ਅੱਜ ਤਾਂ ਚਲੋ ਵੀਰੇ, ਫਿਰ ਆਉਣਾ ਮੁੱਲਾਪੁਰ ਤੋਂ ਵਾਪਸੀ ਆ ਲੁਧਿਆਣੇ ਦੀ, ਲੁਧਿਆਣੇ ਚੱਲੇ ਹਾਂ ਜੀ, ਹੁਣ ਜਾਵਾਂਗੇ। ਉਹੀ ਆ ਫਿਰ, ਇਹ ਇੱਦਾਂ ਨਹੀਂ ਹੈਗਾ ਕਿ ਇਹ ਸਾਡੇ ਨਾਲ ਪਹਿਲੀ ਵਾਰ ਹੋਇਆ ਵਾ, ਇਹ ਹੋ ਜਾਂਦਾ ਹੁੰਦਾ ਰਹਿੰਦਾ ਸਾਡੇ ਨਾਲ, ਕੋਈ ਇੱਦਾਂ ਦੀ ਵੱਡੀ ਚੀਜ਼ ਨਹੀਂ ਹੈਗੀ। ਵੀ ਅੱਧੇ ਰਾਸਤੇ ਅਸੀਂ, ਇਹ ਤਾਂ ਕਸਟਮਰ ਨੇ ਬਹੁਤ ਵਧੀਆ ਦੱਸਤਾ ਸਾਨੂੰ ਵੀ ਅਸੀਂ ਅੱਧੇ ਰਾਹ ਵੀ ਨਹੀਂ ਪਹੁੰਚੇ ਸੀਗੇ, ਵੀ ਮੁੱਲਾਪੁਰ ਹੀ ਪਹੁੰਚੇ ਸੀਗੇ, ਵੀ ਕਹਿਤਾ ਵੀ ਹਾਂ ਵੀ ਟੈਸਟ ਡਰਾਈਵ ਵੀ ਅੱਜ ਖਾਨ ਵੀ ਚੱਕਰ ਪੈ ਗਿਆ ਇੱਥੇ, ਵੀ ਸਾਨੂੰ ਬੋਰ ਜਾਣਾ ਪੈ ਰਿਹਾ ਵਾ। ਤਾਂ ਉਹ ਤਾਂ ਬਹੁਤ ਵਧੀਆ ਰਹਿ ਗਏ ਕਿ ਅਸੀਂ ਪਹਿਲਾਂ ਹੀ ਪਤਾ ਲੱਗ ਗਿਆ, ਨਹੀਂ ਤਾਂ ਕਈ ਵਾਰ ਤਾਂ ਘਰ ਦੇ ਜਦ ਦਰਵਾਜ਼ੇ 'ਤੇ ਪਹੁੰਚਦੇ ਹਾਂ ਕਸਟਮਰ ਦੇ, ਕਸਟਮਰ ਮਿਲਦਾ ਵੀ ਆ, ਉਹ ਤੋਂ ਬਾਅਦ ਯਾਰ ਮੈਨੂੰ ਐਮਰਜੈਂਸੀ ਪੈ ਰਹੀ ਹੈ, ਮੈਂ ਜਾ ਰਿਹਾ ਯਾਰ। ਅਸੀਂ ਨਹੀਂ ਕਹਿ ਸਕਦੇ ਯਾਰ, ਕਿਸੇ ਦੀ ਲਾਈਫ ਹੈਗੀ ਆ, ਪ੍ਰਾਇਓਰਟੀਜ਼ ਨੇ, ਇਹ ਨਹੀਂ ਹੈਗਾ ਅਸੀਂ ਸੇਲ ਵਾਲੇ ਹਾਂ, ਬਸ ਸਾਨੂੰ ਇੰਨਾ ਪਤਾ ਵਾ। ਠੀਕ ਆ ਯਾਰ, ਇਟ ਇਜ਼ ਆਲਸੋ ਅ ਪਾਰਟ ਆਫ ਅਵਰ ਜੋਬ। ਹੁਣ ਟੈਸਟ ਡਰਾਈਵ ਕੈਂਸਲ ਹੋ ਗਈ ਆ, ਹੁਣ ਕੀ ਕਰਾਂਗੇ ਸਾਰਾ ਦਿਨ। ਸਾਰਾ ਦਿਨ ਤਾਂ ਅੱਜ ਇੱਧਰ ਦਾ ਸ਼ੈਡਿਊਲ ਕੀਤਾ ਹੋਇਆ ਸੀਗਾ ਕਿ ਇੱਥੇ ਹੀ ਅਸੀਂ ਅੱਜ ਬਠਿੰਡੇ ਵਾਲਾ ਕੰਮ ਭਗਾਉਣਾ ਵਾ। ਹੁਣ ਜਾਵਾਂਗੇ ਜੀ ਸ਼ੋਰੂਮ, ਦੇਖਦੇ ਹਾਂ ਕੋਈ ਅਗਲਾ ਪਲਾਨ, ਦੇਖਦੇ ਹਾਂ, ਰਜਿਸਟਰ ਖੋਲ੍ਹਦੇ ਹਾਂ ਆਪਣਾ, ਦੇਖਦੇ ਹਾਂ ਕਿੱਥੇ ਦਾ ਹੁਣ ਕਿੱਥੇ ਦੀ ਕਾਰਵਾਈ ਪਾਵਾਂਗੇ। ਬਿਲਕੁਲ ਜੀ, ਕੁਛ ਨਾ ਕੁਛ ਤਾਂ ਕਰਨਾ ਪੈਣਾ। ਚਲੋ ਜੀ, ਮਿਲਦੇ ਹਾਂ ਅਸੀਂ, ਥੈਂਕ ਯੂ ਸੋ ਮੱਚ ਵਲੌਗ ਦੇਖਣ ਦੇ ਲਈ। ਅੱਜ ਦੀ ਟੈਸਟ ਡਰਾਈਵ ਕੈਂਸਲ ਹੋ ਚੁੱਕੀ ਹੈ, ਤੇ ਜਦ ਤੁਹਾਨੂੰ ਪਤਾ ਕਰੋ ਜੀ, ਹਮੇਸ਼ਾ ਜ਼ਿੰਦਗੀ 'ਚ ਖੁਸ਼ ਰਹਿਆ ਕਰੋ ਯਾਰ, ਕੋਈ ਚੱਕਰ ਨਹੀਂ ਹੈ, ਲਾਈਫ ਦੇ ਵਿੱਚ ਘਾਟੇ ਵੀ ਨੇ, ਮੁਨਾਫੇ ਉਤਾਰ ਚੜਾਅ ਰਹਿੰਦਾ ਹੀ ਆ। ਚਲੋ ਜੀ, ਮਿਲਦੇ ਹਾਂ ਫਿਰ, ਥੈਂਕ ਯੂ ਸੋ ਮੱਚ, ਕੀਪ ਵਾਚਿੰਗ।